फील सो कंफर्टेबल सो प्राउड कि भी मतलब कि एक आ, जो देश के लिए काम कर, कर रही है मतलब पार्टी उनके उनके साथ पे मैं खड़ा हुआ मैं फील सो कंफर्टेबल बहुत प्राउड फील कर रहा हूँ रेसलिंग वाला जोर इतने भी दिखाऊंगे विरोधियों को पछाड़ोंगे नहीं रेसलिंग नहीं यहाँ तो एक सोच का जोर है कि भाई हमारी सोच है वो है नशा मुक्त विधानसभा ਚੋਣਾਂ 2022 ਨੂੰ ਲੈ ਕੇ ਚੋਣ ਮੈਦਾਨ ਚੋਣ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਸਟਾਰ ਨੂੰ ਸਟਾਰ ਪ੍ਰਚਾਰਕਾਂ ਨੂੰ ਆਪਣੇ ਨਾਲ ਜੋੜ ਰਹੀਆਂ ਨੇ ਤਾਂ ਕਿ ਪਾਰਟੀ ਦੀ ਜੜੀ ਨੀ ਹੈ ਉਹ ਮਜ਼ਬੂਤ ਹੋ ਸਕੇ ਤੁਹਾਨੂੰ ਦੱਸ ਦਈਏ ਹੁਣੇ ਹਾਲੀ ਦੇ ਵਿੱਚ ਭਾਜਪਾ ਵੱਲੋਂ ਜਿਹੜਾ ਦਲੀਪ ਸਿੰਘ ਉਰਫ ਗ੍ਰੇਟ ਖੱਲੀ ਨੂੰ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਸੋ ਭਾਜਪਾ ਜੁਆਇਨ ਕੀਤੀ ਹੈ ਗੱਲਬਾਤ ਕਰਦੇ ਆ ਸ시ਕਲ ਜੀ ਸਵਾਗਤ ਹੈ ਬਰਤ ਬੋਲੋ ਸ시ਕਲ ਜੀ ਪੰਜਾਬੀ ਚ ਗੱਲ ਕਰਾਂਗੇ ਸਾਡੇ ਨਾਲ ਆ ਮੈਂ ਟਰਾਈ ਕਰਤਾ ਨਹੀਂ ਭਾਈ ਆ ਦਲੀਪ ਸਿੰਘ ਨਾਲ ਗੱਲ ਕਰਨੀ ਹੈ ਵੀ ਪੰਜਾਬੀ ਚ ਗੱਲ ਕਰਨੀ ਪੈਣੀ ਮੈਂ ਟਰਾਈ ਕਰਦਾ ਮੇਰੇ ਕੋ ਪੰਜਾਬੀ ਐਸੇ ਹੀ ਮਤਲਬ ਬਈਆਂ ਨੂੰ ਪੰਜਾਬੀ ਹੈ ਮੇਰੀ ਤੋਂ ਮੈਂ ਯੋ ਮੈਂ ਬੀਜੇਪੀ ਬੀਜੇਪੀ ਜੁਆਇਨ ਕਰ ਲਈਏ ਤੁਸੀਂ ਜਲੰਧਰ ਦੇ ਰਹਿਣ ਵਾਲੇ ਹੋ ਜਲੰਧਰ ਚ ਹੀ ਰਹਿੰਦੇ ਹੋ ਤੇ ਜੇ ਵੋਟਾਂ ਮੰਗਣਗੇ ਤਾਂ ਲੋਕਾਂ ਨਾਲ ਪੰਜਾਬੀ ਚ ਗੱਲ ਕਰਨੀ ਪੈਣੀ ਫੇ ਕਿਵੇਂ ਕਰਨੀ ਨਹੀਂ ਅਬ ਸ਼ੁਰੂਆਤ ਕਰਕੇ ਪੰਜਾਬੀ ਹੈ ਨਾ ਉਹ ਸਭ ਸਮਝ ਲੈਂਦੇ ਕੋ ਕਿ ਵੀ ਵੀ ਆ ਹਿੰਦੀ ਥੋੜੀ ਸਮਝ ਲੱਤ ਹੈ ਪਹਿਲੇ ਹੁੰਦਾ ਸੀ ਕਿ ਸਮਝਤੇ ਨਹੀਂ تھے ਅਸ 20 25 ਸਾਲ ਪਹਿਲੇ ਹਿੰਦੀ ਬਿਲਕੁਲ ਨਹੀਂ ਆਉਂਦੀ ਸੀ ਲੇਕਿਨ ਅਬ ਆਪ ਤਾਂ ਸਭ ਸਮਝ ਲੱਤੇ ਹਿੰਦੀ ਹਾਂ ਪਰ ਫਿਰ ਵੀ ਪੰਜਾਬੀ ਚ ਗੱਲ ਕਰਾਂਗੇ ਆਪਾਂ ਤੁਹਾਡੇ ਨਾਲ ਸੋ ਇਹ ਦੱਸੋ ਤੁਸੀਂ ਗੱਲ ਕਰੋ ਜਿੱਥੇ ਮੈਂ ਫਸ ਜਾਊਗਾ ਮੈਂ ਉੱਥੇ ਮੈਂ ਹਿੰਦੀ ਵਿੱਚ ਬੋਲਾਂਗਾ ਚੋਣ ਖਾੜ ਦੇ ਵਿੱਚ ਉਤਰ ਚੁੱਕੇ ਹੋ ਬੀਜੇਪੀ ਜਾ ਕੇ ਤਾਂ ਨਹੀਂ ਕਿਤੇ ਫਸ ਗਏ ਦੱਸੋ ਭਾਈ ਨਹੀਂ ਮੈਂ ਐਫਸੋ ਸੋ ਕੰਫਰਟੇਬਲ ਸੋ ਪ੍ਰਾਊਡ ਕਿ ਵੀ ਮਨਲਾ ਕਿ ਇੱਕ ਅ ਜੋ ਦੇਸ਼ ਲਈ ਕੰਮ ਕਰ ਰਹੀ ਹੈ ਮਿਲੋ ਪਾਰਟੀ ਉਹਨਾਂ ਦੇ ਉਹਨਾਂ ਦੇ ਸਾਥ ਪਰ ਮੈਂ ਖੜਾ ਹਾਂ ਮੈਂ ਐਫਸੋ ਕੰਫਰਟੇਬਲ ਬਹੁਤ ਪ੍ਰਾਊਡ ਫੀਲ ਕਰ ਰਹਾ ਹਾਂ ਮੈਂ ਰੈਸਲਰ ਜਦੋਂ ਵੀ ਅਖਾੜੇ ਚ ਉਤਰਦੇ ਆ ਤਾਂ ਇੱਕ ਟਾਰਗੇਟ ਹੁੰਦਾ ਹੈ ਕਿ ਸਾਹਮਣੇ ਵਾਲੇ ਨੂੰ ਪਛਾੜ ਦੇਣਾ ਜਾਂ ਪਿੱਠ ਲਵਾਦਣੀ ਉਹਦੀ ਭਾਜੀਪੀ ਚ ਸ਼ਾਮਲ ਹੋਏ ਉਹ ਰੈਸਲਿੰਗ ਵਾਲਾ ਜ਼ੋਰ ਇੱਥੇ ਵੀ ਦਿਖਾਉਂਗੇ ਵਿਰੋਧੀਆਂ ਨੂੰ ਪਛਾੜੋਗੇ नहीं रेसलिंग नहीं यहाँ तो एक सोच का जोर है कि भाई हमारी सोच है वो है नशा मुक्त और स्पोर्ट्स पे काम करना तीसरा हेल्थ के लिए और एजुकेशन के लिए और नौकरी के लिए ये मतलब तीन चार मुद्दे जो तो सबसे बड़े हैं हर बंदा यही बात बता रहा है लेकिन मतलब इस पर काम करने की ज़रूरत है और हम दिलजान से काम करेंगे और नशा मुक्त पंजाब करेंगे स्पोर्ट्स पे ऊपर लाएंगे कि जब हरियाणा पे मेडल आ सकते हैं हरियाणा और पंजाब तो एक जैसा ये है कि मतलब सारा कुछ कुछ है मतलब है ना तो जब हरियाणा पे मेडल आते हैं तो क्यों आते हैं मेडल नीति थोड़ी डिफरेंट है स्पोर्ट्स के लिए फैसिलिटी दी है, है ना नौकरी देनी चाहिए ताकि मतलब यहाँ पर जो कुछ लोग स्पोर्ट्स करते भी है ना उनको भी ड्यूटी पे बुलाए जाते उन पर इतना प्रेशर होता है इतना प्रेशर होता है बोलता है यार हार के मतलब ये छोड़ यार ड्यूटी करूंगा उसके पास ऑप्शन नहीं है कोई कि अगर दो घंटे अगर कोई दो घंटे सुबह जिम में जाना या ग्राउंड पे जाना और उसकी बॉडी टूटती है उसके बाद उसको बोले कि भाई तू तो चौक पे डंडा लेके खड़ा हो जाओ किसी की सिक्योरिटी पे चौंक पे आप खड़े हो जाओ वहां पर तो वो कहा उस पर एनर्जी लेनी है ਉਸ ਪਰ ਕਹਾਂ ਨਾ ਦੇ ਦੇਣੀ ਹੈ ਉਸ ਕੋ ਤੋਂ ਐਕਸਰਸਾਈਜ਼ ਕਰਕੇ ਉਸ ਕੋ ਰੈਸਟ ਦੀ ਜ਼ਰੂਰਤ ਹੈ ਉਸ ਕੋ ਡਾਈਟ ਦੀ ਜ਼ਰੂਰਤ ਹੈ ਤਬ ਉਹ ਉਸ ਤੇ ਮਤਲਬ ਪਾਵਰ ਆਏਗੀ ਤਬ ਉਹ ਨੈਸ਼ਨਲ ਕੇ ਲਈ ਇੰਟਰਨੈਸ਼ਨਲ ਕੇ ਲਈ ਮੈਡਲ ਲਾ ਪਾਏਗਾ ਸਵਾਲ ਇਹ ਕਰਾਂਗੀ ਕਿ ਬੀਜੇਪੀ ਜੁਆਇਨ ਕਰਨਾ ਦ ਗ੍ਰੇਟ ਖਲੀ ਦਾ ਆਪਣਾ ਨਿੱਜੀ ਫੈਸਲਾ ਹੈ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਦਬਾਅ ਬਣਾਇਆ ਗਿਆ ਹੈ ਜਾਂ ਕਿਸੇ ਦੀ ਕੋਈ ਸਿਫਾਰਿਸ਼ ਆਈ ਸੀਗੀ ਕਿ ਪਾਜਪਾ ਜੁਆਇਨ ਕਰੋ ਨਹੀਂ ਨਹੀਂ ਇਹ ਤਾਂ ਮਤਲਬ ਮੇਰਾ ਆਪਣਾ ਡਿਸੀਜਨ ਹੈ ਕਿ ਬਈ ਮਤਲਬ ਕਿ ਉਹਨੇ भारतीय जनता पार्टी को ज्वाइन किया जाए क्योंकि बूंद बूंद से समुद्र बनता है बूंद बूंद से जैसे बोलते हैं घड़ा भरता है सो हमारे माननीय प्रधानमंत्री जी कितना काम करते दिन रात काम करते तो उनके साथ हमारा फर्ज बनता है हिंदुस्तान के नाते कि भी हम एक मुंडे से मुंडा मिला के काम करिए कि हम आगे, आगे नहीं आ सकते तो हम पीछे तो सपोर्ट कर सकते हैं मतलब ਆਪਰੇ ਜਿਸੇ ਬੋਲਦੇ ਕਿ ਹਮ ਸਭ ਲੋਗ ਹਮਾਰਾ ਕੋ ਹਮ ਸਪੋਰਟ ਕਰਾਂਗੇ ਔਰ ਤਬੀ ਮਨੁਮਰਾ ਦੇਸ਼ ਉਪਰਾਸਖ ਤੈ ਮਿਲੋ ਕੀ ਲੱਗਦਾ ਕਿ ਭਾਜਪਾ ਤੁਸੀਂ ਜੁਆਇਨ ਕਰ ਲਈ ਹੈ ਇਸ ਦੇ ਬਾਅਦ ਵੀ ਪੰਜਾਬ ਦੇ ਲੋਕ ਜਿਹੜੇ ਨੇ ਦਿ ਗ੍ਰੇਟ ਖਲੀ ਨੂੰ ਐਵੇਂ ਪਿਆਰ ਦੇਣਗੇ ਨਹੀਂ ਦੇਖੋ ਮੈਂ ਤਾਂ ਚਾਹੂੰਗਾ ਇਸ ਦਾ ਡਬਲ ਪਿਆਰ ਦੇਣਾ ਚਾਹੀਏ ਜਬ ਆਪਣਾ ਮਨੇ ਇੱਕ ਉਦੇਸ਼ ਹੈ ਕਿ ਵੀ ਪੰਜਾਬ ਕੇ ਲਈ ਕੰਮ ਕਰੇ ਅਗਰ ਕੋਈ ਕਿਸੇ ਕਹਾਂਗਾ ਕਿ ਨਹੀਂ ਹਮਨੇ ਨੇ ਪਿਆਰ ਕਰਨਾ ਤਾਂ ਉਸ ਨੂੰ ਕੀ ਕਰ ਸਕਤੇ ਹੈ और आप लोग मीडिया लो, लोग दूरी बनाते हैं मैं सोचता हूं जो मेरे चाहने वाले हैं पहले भी प्यार करते थे आगे भी करेंगे हमेशा करेंगे सो मतलब मीडिया वाले ने दूरी नहीं बनाई जे करे से दूरी बनानी हो तो आपके को ना नहीं नहीं मीडिया बनाते है ना कि भी आप प्यार अपने शब्द जैसा यूज किया ना ऐसा ही प्यार करेंगे ऐसा कि अब, अब कौन सा मैंने कोई वो कर दिया मतलब अत्याचार कर दिया भाई सपोर्ट ही तो करी है

ਤੇ ਹੁਣ ਗੱਲ ਕਰ ਲੈਣੇ ਹੈਲਥ ਦੀ ਤੁਸੀਂ ਕਹੇ ਕਿ ਹੈਲਥ ਨੂੰ ਮਤਲਬ ਜ਼ਿਆਦਾ ਤੋਂ ਜ਼ਿਆਦਾ ਮੈਂ ਪ੍ਰਮੋਟ ਕਰਨਾ ਚਾਹਨਾ ਹੈ ਕਿ ਸਭ ਤੋਂ ਪਹਿਲਾ ਕਦਮ ਕੀ ਹੋਊਗਾ ਕਿਵੇਂ ਤੁਸੀਂ ਪੱਟਪਾ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾਉਗੇ ਅ ਦੇਖੋ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਅਗਰ ਅਸੀਂ ਬੋਲenge ਕਿ ਵੀ ਐਸਾ ਕਰ ਦੂੰ ਮੰਨ ਲਓ ਇਸ ਇਹਨੂੰ ਦਸੇ ਦਸੇ ਮੇਰੀ ਸਰਕਾਰ ਆਤੀ ਹੈ ਤਾਂ ਸਭ ਤੋਂ ਪਹਿਲੇ ਮੈਂ ਇੱਕ ਇਹ ਮੁੱਦਾ ਉਠਾਉਂਗਾ ਕਿ ਵੀ ਐਸਾ ਸਪੋਰਟਸ 'ਤੇ ਕੰਮ ਕੀਤਾ ਜਾਏ ਕਿਉਂਕਿ ਮੇਰੀ ਇਹ ਮਤਲਬ मैं क्यों खुद स्पोर्ट्स मैन हूँ मतलब मैं आपको एक चीज़ बताऊँ मैं अगर मैं रात को बारह बजे घर आता हूँ फिर भी मैं मतलब खाना खा के उसी टाइम में एक्सरसाइज लगाने लगाता हूँ कि भाई एक घंटा एक्सरसाइज लगाओ ये मेरे खून पे है मैं चाहता हूँ कि भाई मेरे जैसे ग्रेट खाली और हजारों पैदा होए और नशे को और ना जाए और एक आ, डिप्रेस ना होए अपने अपने मकसद पे वो कामयाब हो बहुत सारे ऐसे लोग हैं जो डिप्रेस होते हैं तो डिप्रेस हो जब होता तो बंदा तो उसका दिमाग नहीं काम करता हुँ। हुँ। ਉਹ ਬੋਲਦਾ ਕਿ ਬਸ ਨਸ਼ਾ ਕਰ ਲੇਤਾ ਬਸ ਇਸੇ ਕੰਮ ਚਲਾਤਾ ਹੂੰ ਤੋ ਉਹ ਚੀਜ਼ ਕੋ ਮੈਂ ਰੋਕਣਾ ਚਾਹਤਾ ਹੂੰ ਕਿ ਸਭ ਤੋਂ ਪਹਿਲੇ ਮੈਂ ਸਪੋਰਟਸ ਤੇ ਕੰਮ ਕਰੂੰਗਾ ਨਸ਼ਾ ਕੋ ਖਤਮ ਕਰਾਂਗੇ ਔਰ ਐਜੂਕੇਸ਼ਨ ਦੀ ਗੱਲ ਕਰਾਂਗੇ ਔਰ ਹੈਲਥ ਦੀ ਗੱਲ ਕਰਾਂਗੇ ਜੋ ਭਾਜੀਪੀ ਜੁਆਇਨ ਕਰਨ ਲੱਗੇ ਸੀ ਸਲਾਮ ਅਸ਼ਵਰਾ ਤਾਂ ਜ਼ਾਹਿਰ ਜੀ ਗੱਲ ਹੈ ਕਿਸੇ ਨੇ ਕੀਤਾ ਹੋਏਗਾ ਤੁਸੀਂ ਕਿਸੇ ਨੇ ਮਨਾਂ ਨਹੀਂ ਕੀਤਾ ਤੁਹਾਨੂੰ ਕਿ ਭਾਜੀਪੀ ਨਾਲ ਜੁਆਇਨ ਕਰੋ ਕਿਸੇ ਹੋਰ ਪਾਰਟੀ ਵੱਲ ਚਲੇ ਜਾਓ ਇਹ ਸਿਆਸਤ ਵਿੱਚ ਨਾ ਸਿਰਫ ਰੈਸਲਿੰਗ ਜੀ ਠੀਕ ਹੋ ਤੁਸੀਂ नहीं नहीं मैं बहुत सारे ऐसे जो पार्टी है जो बोलते थे भी आप ज्वाइन करो लेकिन कुछ जैसे बोलते थे कि हर चीज़ का टाइम होता है बहुत पहले से बोलते थे लेकिन टाइम होता है एक जब वो टाइम आता है टाइम से टाइम से पहले कुछ नहीं होता नहीं। है ना समय से पहले कुछ नहीं होता मतलब है ना जब समय आता तभी होता है ਰਵਾਇਤੀ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਵਾ ਵੀ ਕਾਫੀ ਪੰਜਾਬ ਦੇ ਵਿੱਚ ਹੈਗੀ ਆ ਕਿ केजरीवाल ਦੀ ਸਰਕਾਰ ਦੀ ਮਤਲਬ ਕਾਫੀ ਹਵਾ ਹੈ ਕਿ ਕੇਜਰੀਵਾਲ ਜਿਹੜਾ ਇਸ ਵਾਰ ਪੰਜਾਬ ਚਾਣਾ ਚਾਹੀਦਾ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਣੀ ਚਾਹੀਦੀ ਹੈ ਨਹੀਂ ਆਣੀ ਚਾਹੀਦੀ ਕਿ ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਉਹਨੂੰ ਮਤਲਬ ਮੇਰੀ ਓਸੇ ਸ਼ੁਭਕਾਮਨਾ ਹੈ ਔਰ ਖੂਬ ਕਾਮ ਕਰੇ ਦਬਕੇ ਕਾਮ ਕਰੇ ਔਰ ਲੇਕਿਨ ਹਵਾ ਇਸੋ ਤੇ ਨਾ ਮਨ ਜੋ ਹਵਾ ਉਹ ਤੇ ਨਿਕਲ ਜਾਂਦੀ ਹੈ ਠੀਕ ਹੈ जब हवा निकल जाती है ना फिर बाद में मतलब क्या बोलते हैं बरसात होती है सो सो so, so ये ये चीज़ है मतलब कि भी हवा मतलब कई बार जैसे बोल ना हवा तो कई बार निकल जाती है और जो सरकार है वो अपने बने, अपने अपने बनेगी क्या बोलते बीजेपी भाजपा की सरकार बनेगी बने ਬਾਤ ਸੋ ਬਿਲਕੁਲ ਇਹ ਸਨ ਦਾ ਗ੍ਰੇਟ ਖਲੀ ਦਲੀਪ ਸਿੰਘ ਜਿਹਨਾਂ ਦੇ ਨਾਲ ਗਲਬਾਤ ਕੀਤੀ ਹੈ ਸੋ ਸਿਆਸਤ ਦੇ ਵਿੱਚ ਐਂਟਰੀ ਕਰ ਚੁੱਕੇ ਨੇ ਸਿਆਸਤ ਦਾਣ ਬਣ ਚੁੱਕੇ ਨੇ ਸੋ ਹੁਣ ਭੀਜਪੀ ਨੂੰ ਰਿਪਰੈਜ਼ੈਂਟ ਕਰਨਗੇ ਸੋ ਭੀਜਪੀ ਦੀਆਂ ਕੀ ਨੀਤੀਆਂ ਨੇ ਜਾਂ ਕਿਸ ਤਰੀਕੇ ਦੇ ਨਾਲ ਭੀਜਪੀ ਚ ਰਹਿ ਕੇ ਕੰਮ ਕਰਵਾਉਣਗੇ ਉਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀ ਨੇ ਬਾਕੀ ਇਹਨਾਂ ਦੇ ਵਿਚਾਰਾਂ ਬਾਰੇ ਤੁਹਾਨੂੰ ਕੀ ਲੱਗਦਾ ਕਿ ਦਾ ਗ੍ਰੇਟ ਖਲੀ ਲੋਕੀ ਜਿਹੜੇ ਨੇ ਉਵੇਂ ਹੀ ਉਹਨਾਂ ਨੂੰ ਪਿਆਰ ਦੇਣਗੇ ਜਾਂ ਗ੍ਰੇਟ ਖਲੀ ਭਾਜਪਾ ਦੇ ਵਿੱਚ ਆ ਕੇ ਵੀ ਲੋਕਾਂ ਦੀ ਉਮੀਦਾਂ ਤੇ ਕਿੰਨਾ ਕੁ ਖਰੇ ਉਤਰਨਗੇ ਇਸ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕੈਮਰਾ ਪਰਸਨ ਦੇਵਰਾਜ ਨਾਲ ਮਨਪ੍ਰਤਕੌਰ ਜਨ ਸੰਗਠਨ ਜਲੰਧਰ